ਮਹਲਾ ਪਹਿਲਾ ਫਿਰਦਾਤਾਰ ਪਾਤਸ਼ਾਹ ਇਸ ਪਾਵਨ ਸਲੋਕ ਜੋ ਆਪਾਂ 15ਵਾਂ ਸਲੋਕ ਸਰਵਣ ਕਰ ਰਹੇ ਹਾਂ ਪਹਿਲੇ ਪੜਾਅ ਦੇ ਅੰਦਰ ਸਹਿਬ ਜੀ ਨੇ ਬ੍ਰਾਹਮਣ ਨੂੰ ਦੱਸਿਆ ਕਿ ਤੂੰ ਕੈਸਾ ਜਨੇਊ ਪਾਉਂਦਾ ਪਰ ਮੈਨੂੰ ਕਿਸ ਤਰ੍ਹਾਂ ਦਾ ਚਾਹੀਦਾ ਫਿਰ ਅੱਗੇ ਸਹਿਬ ਜੀ ਕਹਿੰਦੇ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਪੰਡਤ ਜੀ ਫਾਇਦਾ ਕੀ ਹੋਇਆ ਇੱਕ ਪਾਸੇ ਧਰਮ ਦੇ ਚਿੰਨ੍ਹ ਪਾ ਲੈ ਗਏ ਧਰਮ ਦੇ ਚਿੰਨ੍ਹ ਦਾ ਮਤਲਬ ਤੇ ਇਹ ਸੀ ਨਾ ਕਿ ਸੰਸਾਰ ਦੇ ਅੰਦਰ ਜੋ ਸ਼ੁਭ ਕਰਮ ਨੇ ਉਹ ਕਰਦਾ ਇਹਨਾਂ ਨੂੰ ਪਹਿਣ ਕੇ ਥੋੜੀ ਜੀ ਸ਼ਰਮ ਆਉਂਦੀ ਵੀ ਮੇਰੇ ਤਨ ਤੇ ਕੁਝ ਪਹਿਨਿਆ ਹੋਇਆ ਪਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਮਾਫ ਕਰਿਓ ਧਰਮੀ ਮਨੁੱਖ ਜਿਹੜਾ ਨਾ ਸਾਰੇ ਐਸੇ ਨਹੀਂ ਹੱਲ ਪਰ ਬਹੁਤ ਮੇਰੇ ਵਰਗੇ ਐਸੇ ਨੇ ਜਿਹੜੇ ਸ਼ਾਇਦ ਦੁਨੀਆ 'ਚ ਐਸਾ ਕੁਝ ਤਾਂ ਕਰ ਜਾਂਦੇ ਵੀ ਅਸੀਂ ਧਰਮੀ ਹਾਂ ਬਾਣਾ ਲਿਬਾਸ ਪਹਿਨੇ ਆ ਕੋਣ ਸ਼ੱਕ ਕਰੇਗਾ ਮਾਫ ਕਰਿਓ ਦੁਨੀਆ ਦੀ ਸਚਾਈ ਤੁਸੀਂ ਵੀ ਇਸੇ ਦੁਨੀਆ 'ਚ ਵੱਸਦੇ ਹੋ ਬੜਾ ਕੁਝ ਰੋਜ਼ ਅਖਬਾਰਾਂ ਦੇ ਵਿੱਚ ਜਾਂ ਕਹਿ ਲਓ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਜਿੱਥੇ ਸਾਬਤ ਸੂਰਤ ਹੁੰਦੇ ਨੇ ਕਿਸੇ ਦੇ ਕੋਲੋਂ ਕੋਈ ਨਸ਼ਾ ਫੜਿਆ ਜਾਂਦਾ ਕੋਈ ਨਸ਼ਾ ਖਾ ਕੇ ਕਿਸੇ ਸੜਕ ਤੇ ਡਿੱਗਾ ਪਿਆ ਤਨ ਤੇ ਕਕਾਰ ਪਹਿਨੇ ਹੁੰਦੇ ਨੇ ਜਾ ਇੰਜ ਕਹਿ ਰਿਹਾ ਕਿ ਧਰਮ ਦੇ ਚਿੰਨ ਪਾ ਕੇ ਵੱਡੇ ਵੱਡੇ ਕਬਲੇ ਕਰਦੇ ਹੋਏ ਮਨੁੱਖ ਜਿਹੜੇ ਸਾਹਮਣੇ ਆਉਂਦੇ ਨੇ ਮਾਫ ਕਰਿਓ ਸਚਾਈ ਇਹੀ ਹੈ ਅੱਜ ਦੀ ਦੁਨੀਆ ਦੀ ਕਿ ਇਨ੍ਹਾਂ ਧਰਮ ਦੇ ਚਿੰਨਾਂ ਦੀ ਇੱਕ ਰਤੀ ਪਰ ਵੀ ਲੱਜਾਂ ਦਾ ਰਹਿ ਗਈ ਵੀ ਮੇਰੇ ਤਨ ਤੇ ਕੁਝ ਪਹਿਨਿਆ ਹੋਇਆ ਹੈ ਹਾਲਾਂਕਿ ਇਨ੍ਹਾਂ ਦੇ ਨਾਲ ਅੰਦਰਲੇ ਜੀਵਨ ਨੇ ਸਾਜ ਬਣਾਉਣੀ ਸੀ ਪਰ ਅਸੀਂ ਤਾਂ ਇਹਨਾਂ ਨੂੰ ਹੀ ਸਮਝ ਨਾ ਸਕੇ ਇਹ ਇਕੱਲੇ ਬ੍ਰਾਹਮਣ ਦੀ ਗੱਲ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਜੀ ਸਬਨਾ ਨੂੰ ਸਮਝਾ ਰਹੇ ਜਿਵੇਂ ਆਪਾਂ ਘਰਾਂ 'ਚ ਇੱਕ ਕਹਾਵਤ ਆਮ ਕਹਿੰਦੇ ਹੁੰਨੇ ਆ ਕੰਨ ਕਰ ਧੀਏ ਸੁਣਨੀ ਨੂਏ ਗਲਤੀ ਨੂੰ ਕਹੀ ਜਾਂਦੀ ਹੁੰਦੀ ਧੀਏ ਕੰਨ ਕਰ ਤੇ ਸੁਣਾਈ ਨੂ ਨੂ ਜਾਰੀ ਹੁੰਦੀ ਹੈ ਵੀ ਤੂੰ ਸੁਣ ਲਾ ਮੈਂ ਤੈਨੂੰ ਕੀ ਸਮਝਾਉਣਾ ਚਾਹੁੰਨੀ ਇੰਝ ਕਹਿ ਲਈਏ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਇਸ਼ਾਰਾ ਜਿਹੜਾ ਉਹ ਬ੍ਰਾਹਮਣ ਨੂੰ ਕਰਦੇ ਪਰ ਸਮਝਾਉਂਦੇ ਤੇ ਸਾਨੂੰ ਵੀ ਪਏ ਨੇ ਜੇ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਪੰਜ ਕਕਾਰ ਦਿੱਤੇ ਨੇ ਤਾਂ ਦੇਖੋ ਇਹਨਾਂ ਦੇ ਮਤਲਬ ਸੀ ਨਾ ਕਿ ਤੇਰੇ ਹੱਥ 'ਚ ਕੜਾ ਪੈਨੇ ਆ ਤੇਰਾ ਹੱਥ ਕਿਸੇ ਮੰਦ ਕਰਮ ਵੱਲ ਕਿਸੇ ਠੱਗੀ ਕਿਸੇ ਚੋਰੀ ਵਾਲੇ ਪਾਸੇ ਨਹੀਂ ਵਧਣਾ ਚਾਹੀਦਾ ਜਿਵੇਂ ਅਗਾਹ ਹੋਵੇ ਤੇਰਾ ਕੜਾ ਤੈਨੂੰ ਅਗਿਆ ਕੇ ਦੱਸ ਦੇ ਇਹ ਕੜਾ ਜਿਹੜਾ ਹੈ ਜਿਵੇਂ ਕਹਿ ਲੋ ਤੇਰੇ ਹੱਥ ਨੂੰ ਬੰਨਿਆ ਗਿਆ ਹੈ ਇਸ ਤੋਂ ਬਾਅਦ ਜੇ ਅਸੀਂ ਦੇਖਦੇ ਆ ਤੇਰੇ ਤਨ ਦੇ ਉੱਤੇ ਸ੍ਰੀ ਸਾਹਿਬ ਪੈਣੀ ਇਹ ਮਜਲੂਮ ਦੀ ਰੱਖਿਆ ਕਰਨ ਵਾਸਤੇ ਹੈ ਜੇ ਤੇਰੇ ਕੋਲ ਕਸ਼ਹਿਰਾ ਹੈ ਤਾਂ ਤੂੰ ਜੱਤ ਦੇ ਵਿੱਚ ਪੱਕਿਆਂ ਰਹਿਣਾ ਹੈ ਜੇ ਤੇਰੇ ਕੋਲ ਕੰਗਾ ਹੈ ਤਾਂ ਰੋਜ਼ਾਨਾ ਜਿਸ ਤਰ੍ਹਾਂ ਕੰਗਾ ਦੋਨੋਂ ਵਕਤ ਕਰ ਕੇਸ ਪਾਗ ਚੁੰਨੇ ਕਰ ਬੰਦਈ ਕਿ ਦੋਨੋਂ ਵਕਤ ਕੰਗਾ ਕਰਨਾ ਪਗ ਬੰਧਨੀ ਹੈ ਦਸਤਾਰ ਸਜਾਉਣੀ ਹੈ ਪਾਗ ਚੁੰਨੇ ਕਰ ਬੰਦਈ ਇਹ ਵੀ ਮੈਂ ਬੇਨਤੀ ਕਰਾਂ ਬਹੁਤ ਐਸੇ ਲੋਕ ਨੇ ਜਿਹੜੇ ਮਾਫ ਕਰਿਓ ਆਪਣੀ ਦਸਤਾਰ ਨੂੰ ਨਾ ਚੁਣ ਕੇ ਬੰਦਦੇ ਨੇ ਤੇ ਨਾ ਚੁਣ ਕੇ ਵਧਾਉਂਦੇ ਨੇ ਵਧਾਉਂਦੇ ਦਾ ਮਤਲਬ ਸੰਸਾਰੀ ਭਾਸ਼ਾ ਜਿਵੇਂ ਆਪਾਂ ਕਿੰਨੇ ਦਸਤਾਰ ਖੁੱਲ ਨਹੀਂ ਵਧਾਉਣਾ ਉਹਨੂੰ ਕਿਹਾ ਜਾਂਦਾ ਹੈ ਬਸ ਬੰਨਦੇ ਆ ਹੀ ਉਹਨਾਂ ਨੇ ਉਸ ਤਰ੍ਹਾਂ ਹੀ ਟੋਪੀ ਦੀ ਤਰ੍ਹਾਂ ਮਾਫ ਕਰਿਓ ਸ਼ਬਦ ਕਮਾ ਦਸਤਾਰ ਦੇ ਵਾਸਤੇ ਕਹਿਣਾ ਬੜਾ ਉਖਾ ਲੱਗਦਾ ਪਰ ਹੁੰਦਾ ਇਸ ਤਰ੍ਹਾਂ ਹੀ ਹੈ ਚੰਗੇ ਚੰਗੇ ਲੋਕ ਚੰਗੇ ਦਾ ਮਤਲਬ ਜਿਹੜੇ ਬੜੇ-ਬੜੇ ਧਰਮੀ ਅਖਵਾਉਂਦੇ ਨੇ ਟੋਪੀ ਦੀ ਤਰ੍ਹਾਂ ਦਸਤਾਰ ਨੂੰ ਸਿਰ ਤੇ ਰੱਖ ਲੈਂਦੇ ਟੋਪੀ ਦੀ ਤਰ੍ਹਾਂ ਲਾ ਦਿੰਦੇ ਨੇ ਇਸ ਕਰਕੇ ਦਾਤਾਰ ਪਾਤਸ਼ਾ ਗੁਰਕਲਗੀ ਧਰਪਾਤਸ਼ਾ ਨੇ ਕਿਹਾ ਤੋ ਦੋਨੋ ਵਕਤ ਕੰਗਾ ਕਰ ਕੰਗੇ ਦੇ ਨਾਲ ਤੇਰੇ ਕੇਸਾਂ ਦੇ ਵਿੱਚ ਜਿਹੜੇ ਮੁਰਦਾ ਕੇਸ ਨੇ ਉਹ ਬਾਹਰ ਆਉਣਗੇ ਕੇਸਾਂ ਦੀ ਸਫਾਈ ਹੋਏਗੀ ਇਸੇ ਤਰ੍ਹਾਂ ਦੋ ਵੇਲੇ ਨਿਤਨੇਮ ਕਰਕੇ ਆਪਣੇ ਅੰਦਰ ਪਈ ਹੋਈ ਮੈਲ ਜਿਹੜੀ ਹੈ ਉਹਨੂੰ ਵੀ ਬਾਹਰ ਕੱਢ ਦੇ ਇਨ੍ਹਾਂ ਚਿੰਨਾ ਇਨ੍ਹਾਂ ਕਕਾਰਾਂ ਤੋਂ ਸਤਿਗੁਰਾਂ ਨੇ ਬੜਾ ਕੁਝ ਸਾਨੂੰ ਸਮਝਾਇਆ ਹੈ ਸੋ ਕੇਸ ਜਿਸ ਤਰ੍ਹਾਂ ਸਿਰ ਦੇ ਸਾਰਿਆਂ ਤੋਂ ਉੱਪਰ ਨੇ ਇਹਦੇ ਬਹੁਤ ਅਰਥ ਨੇ ਕੇਸਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਮਿਲਦੀ ਹੈ ਕੇ ਸਰੀਰ ਦੇ ਸਾਰਿਆਂ ਤੋਂ ਪਰ ਟੱਕ ਕੇ ਰੱਖਦੇ ਨੇ ਜੋ ਇਸ ਤਰ੍ਹਾਂ ਉਹ ਮਾਲਕ ਦੇ ਨਾਲ ਸੰਧ ਪਾ ਕਰਕੇ ਰੱਖੀ ਜਿਵੇਂ ਕੇਸ ਲੰਬੇ ਨੇ ਇੰਝ ਸਮਝ ਲੈ ਇਹਨਾਂ ਕੇਸਾਂ ਦੀ ਤਰ੍ਹਾਂ ਤੇਰੀ ਮਾਲਕ ਦੇ ਨਾਲ ਇਸ ਤਰ੍ਹਾਂ ਇੱਕ ਤਾਰ ਜੁੜੀ ਹੋਵੇ ਜਿਸ ਤਰ੍ਹਾਂ ਇਹਨਾਂ ਦੀ ਤੇਰੇ ਸਰੀਰ ਨਾਲ ਜੁੜੀ ਹੈ ਸੋ ਦਾਤਾ ਜੀ ਇਹਨਾਂ ਪੰਜਾ ਕਕਾਰਾਂ ਚ ਬਹੁਤ ਕੁਝ ਬਹੁਤ ਲੰਬੀ ਫਿਲਾਸਫੀ ਹੈ ਇਹਨਾਂ ਦੇ ਉੱਤੇ ਜੋ ਸਤਿਗੁਰਾਂ ਨੇ ਸਿੱਖ ਨੂੰ ਦਿੱਤੀ ਹੈ ਪਰ ਮੈਂ ਜ਼ਿਕਰ ਕਰਾਂ ਗੁਰੂ ਨਾਨਕ ਪਾਤਸ਼ਾਹ ਨੂੰ ਸਹਬ ਕਹਿੰਦੇ ਜਿਨੇ ਉਹ ਪਾਲਿਆ ਧਰਮ ਦਾ ਚਿੰਨ ਪਾਲਿਆ ਬਹੁਤ ਚੰਗਾ ਕੀਤਾ ਈ ਪਰ ਹੁਣ ਤੁਸੀਂ ਪਾ ਕੇ ਕਰਦੇ ਕੀ ਪਏ ਉਹ ਲੱਖ ਚੋਰੀਆਂ ਪਹਿਲਾਂ ਇੱਕ ਅੱਧੀ ਚੋਰੀ ਕਰਦੇ ਸੀ ਹੁਣ ਤੇ ਮੰਦਿਰ ਚ ਬਹਿ ਕੇ ਭਗਵਾਨ ਦੇ ਸਾਹਮਣੇ ਬਹਿ ਕੇ ਚੋਰੀਆਂ ਕਰਦੇ ਪਏ ਜੇ ਕਿਉਂਕਿ ਆਮ ਬੰਦਾ ਤੇ ਮੰਦਿਰ ਚ ਉਸ ਜਗ੍ਹਾ ਤੇ ਬਹਿੰਦਾ ਨਹੀਂ ਜਿੱਥੇ ਪੁਜਾਰੀ ਬੈਠੇਗਾ ਇਹ ਤਾਂ ਗੁਰੂ ਨਾਨਕ ਦੇ ਘਰੇ ਚਲੋ ਸਤਗੁਰਾਂ ਨੇ ਕਿਰਪਾ ਕੀਤੀ ਜਿੱਥੇ ਗਰੰਥੀ ਸਿੰਘ ਤਾਬਿਆ ਬੈੰਦਾ ਉਥੇ ਇੱਕ ਆਮ ਸਿੱਖ ਵੀ ਆ ਕੇ ਬਹਿ ਸਕਦਾ ਹੈ ਪਰ ਮੰਦਰ ਤੇ ਐਸਾ ਨਹੀਂ ਜਿੱਥੇ ਪੁਜਾਰੀ ਬੈਠੇਗਾ ਉਥੇ ਪੁਜਾਰੀ ਨੇ ਹੀ ਬਹਿਣਾ ਉਥੇ ਕਾਮ ਜਜਮਾਨੀ ਆ ਕੇ ਬਹਿ ਸਕਦਾ ਤੇ ਸਾਬ ਕਹਿੰਦੇ ਪਹਿਲਾਂ ਤੇ ਬਾਹਰਲੀ ਦੁਨੀਆ ਚ ਚਲੋ ਚੋਰੀਆਂ ਠੱਗੀਆਂ ਕਰਦੇ ਸੀ ਹੁਣ ਤੇ ਭਗਵਾਨ ਦੇ ਸਾਹਮਣੇ ਬਹਿ ਕੇ ਇੱਥੋਂ ਤੱਕ ਕਿ ਭਗਵਾਨ ਦੇ ਕੋਲ ਬਹਿ ਕੇ ਤੇਰੇ ਤੇ ਜਜਮਾਨ ਦੇ ਵਿਚਕਾਰ ਸ਼ਿਵਲਿੰਗ ਪਿਆ ਹੁੰਦਾ ਭਗਵਾਨ ਦੇ ਕੋਲ ਬਹਿ ਕਰਕੇ ਲੱਖ ਚੋਰੀਆਂ ਲੱਖਾਂ ਚੋਰੀਆਂ ਕਰਦਾ ਪਿਆ ਫਿਰ ਲੱਖ ਜਾਰੀਆਂ ਲੱਖਾਂ ਜਾਰੀਆਂ ਸੰਸਾਰ ਦੇ ਉੱਤੇ ਹੋ ਰਹੀਆਂ ਨੇ ਪਵ ਜਾਰੀ ਜਿਹੜੀ ਹੈ ਇੱਕ ਆਮ ਮਿੱਤਰ ਤੇ ਇੱਕ ਆਮ ਦੋਸਤੀ ਹੈ ਇੱਕ ਵਿਵਚਾਰ ਦੇ ਵਾਸਤੇ ਵਿਕਾਰ ਦੇ ਵਾਸਤੇ ਜਾਰੀ ਕਰਨੀ ਪੁਰਖ ਨੇ ਇਸਤਰੀ ਦੇ ਨਾਲ ਇਸਤਰੀ ਨੇ ਪੁਰਖ ਦੇ ਨਾਲ ਤਾਂ ਸਹਿਬ ਕਹਿੰਦੇ ਹੁਣ ਤੇ ਤੁਹਾਡੇ ਤੇ ਜਿਵੇਂ ਕਹ ਲਓ ਸ਼ਾਕੀ ਕੋਈ ਨਹੀਂ ਕਰਦਾ ਤੇ ਮਾਫ ਕਰਿਓ ਮੈਂ ਸਮੇਂ ਦੇ ਨਾਲ ਇਹ ਚੋਟ ਮਾਰਾ ਤਾਂ ਸਚਾਈ ਇਹ ਧਰਮੀ ਮਨੁੱਖ ਇਸ ਲਾਈਨ ਦੇ ਵਿੱਚ ਸਭ ਤੋਂ ਜ਼ਿਆਦਾ ਨਿੱਗਰਦਾ ਜਾ ਰਿਹਾ ਹੈ ਦੁਖਾਂਤ ਐ ਪੰਥ ਦਾ ਉਹ ਕਾਰਨ ਇਹ ਕਿਉਂਕਿ ਬੰਦੇ ਨੂੰ ਇਹ ਪਤਾ ਮੇਰੇ ਤੇ ਕਿੰਨੇ ਸ਼ੱਕ ਕਰਦਾ ਹੈ ਦੇਖੋ ਕੋਈ ਗੁੱਸਾ ਕਰੇ ਜਾਂ ਨਾ ਕਰੇ ਉਹ ਵੱਖਰੀ ਗੱਲ ਹੈ ਪਰ ਮੈਂ ਜੋ ਸਚਾਈ ਕਹਾਂ ਕਿ ਕਈ ਦਫਾ ਧਰਮੀ ਬੰਦੇ ਨੂੰ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਇੱਕ ਕਾਜੀ ਹੈ ਭਾਵੇਂ ਇੱਕ ਬ੍ਰਾਹਮਣ ਹੈ ਭਾਵੇਂ ਗੁਰੂ ਨਾਨਕ ਦੇਵ ਜੀ ਦਾ ਗਰੰਥੀ ਹੋਵੇ ਜੇ ਉਹਨੂੰ ਜੀਵਨ ਦੀ ਸਮਝ ਨਹੀਂ ਸੋ ਬੱਸ ਇਹ ਸਮਝਦਾ ਮੈਂ ਕਿਸੇ ਇਸਤਰੀ ਦੇ ਕੋਲ ਖੜ ਵੀ ਜਾਵਾਂਗਾ ਮੇਰੇ ਤੇ ਕਿਹੜਾ ਕਿਸੇ ਨੇ ਸ਼ੱਕ ਕਰਨਾ ਉਹਨੇ ਇਹ ਕਹਿਣਾ ਵੀ ਭਾਈ ਕੋਈ ਕਰਤ ਧਰਮ ਦੀ ਗੱਲ ਹੀ ਕਰਦਾ ਹੋਏਗਾ ਮਾਫ ਕਰਿਓ ਸਚਾਈ ਦੁਨੀਆ ਤੇ ਤੁਸੀਂ ਵੀ ਬਹੁਤ ਕੁਝ ਦੇਖਦੇ ਹੋ ਸੋ ਇਸ ਲਈ ਦਾਤਾਰ ਪਾਤਸ਼ਾਹ ਕਹਿੰਦੇ ਲੱਖ ਜਾ ਰੀਆਂ ਦੁਨੀਆ ਦੇ ਵਿੱਚ ਪਹਿਲਾਂ ਤੇ ਕੋਈ ਡਰ ਸੀ ਪਰ ਹੁਣ ਜਦੋਂ ਦਾ ਤੂੰ ਜਨੇਊ ਪਾਇਆ ਹੋਇਆ ਜਾਂ ਲੋਕਾਂ ਨੂੰ ਪਾ ਦਿੰਦੇ ਜੇ ਹੋਰ ਜ਼ਿਆਦਾ ਇਹ ਚੋਰੀਆਂ ਜਾ ਰੀਆਂ ਕਰਦੇ ਨੇ ਲੱਖ ਕੁੜੀਆਂ ਲੱਖ ਗਾਲ ਲੱਖਾਂ ਕੁੜੀਆਂ ਫਰੀ ਭਿੰਗਾ ਝੂਠ ਆਦਿਕ ਜਿਹੜੇ ਜ਼ਿੰਦਗੀ ਚ ਕੂੜ ਜਿਹੜਾ ਹੈ ਉਹ ਇਕੱਠਾ ਕਰਦੇ ਹੋ ਲੱਖ ਗਾਲ ਫਿਰ ਗਾਲ ਦਾ ਅਰਥ ਹੈ ਗਾਲਾਂ ਮੰਦ ਸ਼ਬਦ ਵਰਤਨੇ ਹਾਲਾਂਕਿ ਦੇਖੋ ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਸਿੱਖ ਦੀ ਜ਼ਿੰਦਗੀ ਪਹਿਲੀ ਗੱਲ ਤੇ ਗੁਰਸਿੱਖੀ ਭਾਸ਼ਾ ਸਿੱਖ ਦੀ ਗੁਰਮੁਖੀ ਭਾਸ਼ਾ ਗੁਰਸਿੱਖ ਦੀ ਜ਼ੁਬਾਨ ਤੇ ਹੋਵੇ ਕਿਉਂਕਿ ਦੇਖੋ ਇਹਦੇ ਵਿੱਚ ਆਪੋ ਆਪਣੀ ਸਮਝ ਹੈ ਮੈਂ ਜੀ ਕਹਿੰਦਾ ਮੈਂ ਬੜਾ ਸਿਆਣਾ ਪਰ ਗੁਰਮੁਖੀ ਭਾਸ਼ਾ ਤੇ ਪੰਜਾਬੀ ਭਾਸ਼ਾ 'ਚ ਕਿਤੇ ਨਾ ਕਿਤੇ ਥੋੜਾ ਫਰਕ ਹੈ ਪੰਜਾਬੀ ਭਾਸ਼ਾ ਜੋ ਆਮ ਬੜੇ ਲੰਬੇਰੇ ਅਰਸੇ ਤੋਂ ਇਸ ਧਰਤੀ ਦੇ ਉੱਤੇ ਬੋਲੀ ਜਾ ਰਹੀ ਸੀ ਉਹਨੂੰ ਅਸੀਂ ਕਹਦੇ ਨੇ ਇਹ ਸਾਡੀ ਭਾਸ਼ਾ ਹੈ ਜਿਹੜੀ ਗੁਰਮੁਖੀ ਸਤਿਗੁਰਾਂ ਨੇ ਦਿੱਤੀ ਉਹ ਐਸੀ ਸੀ ਜਦੋਂ ਗੁਰਮੁਖੀ ਸਾਧ ਭਾਸ਼ਾ ਜਿਹਨੂੰ ਅਸੀਂ ਕਹਿੰਦੇ ਜਦੋਂ ਉਹ ਬੋਲੋਗੇ ਨਾ ਉਹਦੇ 'ਚ ਮਾੜਾ ਲਫ਼ਜ਼ ਨਹੀਂ ਆਏਗਾ ਕਿਉਂਕਿ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਗੁਰਮੁਖੀ ਦੇ ਵਿੱਚ ਹੈ ਕੋਈ ਮੰਦ ਲਫਜ਼ ਨਹੀਂ ਕੋਈ ਮਾੜਾ ਲਫਜ਼ ਨਹੀਂ ਇਹਦੇ ਵਿੱਚ ਜਦੋਂ ਸਿੱਖ ਗੁਰਮੁਖੀ ਬੋਲੇਗਾ ਨਾ ਹਾਲਾਂਕਿ ਆਪੇ ਕਿੰਨੇ ਪੰਜਾਬੀ ਬੋਲੋ ਉਹ ਤਾਂ ਕਿਹਾ ਜਾਂਦਾ ਵੀ ਕਮ ਸੇ ਕਮ ਭਲਿਓ ਪੰਜਾਬੀ ਤੱਕ ਹੀ ਆਜੋ ਗੁਰਮੁਖੀ ਬੋਲਣੀ ਤੇ ਬੜੀ ਦੂਰ ਦੀ ਗੱਲ ਹੈ ਮੈਂ ਤਾਂ ਹੀ ਥੋੜਾ ਜਿਹਾ ਵੱਖਰੀ ਗੱਲ ਕਰ ਰਿਹਾ ਪੰਜਾਬੀ ਦੇ ਵਿੱਚ ਇੱਕ ਆਮ ਮਨੁੱਖ ਪਤਾ ਕੀ ਕਹਿੰਦਾ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਗਾਲ ਕੱਢਦਾ ਅੱਧ ਚ ਵੀ ਗਾਲ ਗੱਲ ਗੱਲ ਤੇ ਲੋਕ ਗਾਲ ਕੱਢਦੇ ਜਿਨਾਂ ਨੂੰ ਪੁੱਛੋ ਤੁਸੀਂ ਇੰਨੀਆਂ ਗਾਲਾਂ ਕਿਉਂ ਕੱਢਦੇ ਹੋ ਤੇ ਅੰਗੋ ਪਤਾ ਕੜਿਆ ਕੜਾਇਆ ਜਵਾਬ ਕੀ ਹੁੰਦਾ ਉਹਨਾਂ ਦਾ ਲਓ ਜੀ ਅਸੀਂ ਪੰਜਾਬੀ ਆ ਸਾਡੀ ਤਾਂ ਭਾਸ਼ਾ ਹੀ ਜਿਵੇਂ ਕਹਲੋ ਸਾਡੀ ਤਾਂ ਗਾਲ ਹੀ ਗਾਲ ਤੋਂ ਸ਼ੁਰੂ ਹੁੰਦੀ ਮਾਫ ਕਰਿਓ ਸਚਾਈ ਆਪਾਂ ਜੋ ਬੈਠੇ ਆ ਕਿ ਗੁਰਮੁਖੀ ਇੱਕ ਐਸੀ ਭਾਸ਼ਾ ਜਿਹਨੂੰ ਅਸੀਂ ਇੱਕ ਪਾਸੇ ਮਾਨ ਕਰਦੇ ਆ ਦੁਨੀਆਂ ਦੀ ਸਭ ਤੋਂ ਅਮੀਰ ਭਾਸ਼ਾ ਤੇ ਦੂਜੇ ਪਾਸੇ ਅਸੀਂ ਕਹਿੰਨੇ ਜੀ ਇਹ ਐਸੀ ਭਾਸ਼ਾ ਇਹਦੇ 'ਚ ਗੱਲ ਕਰਨੀ ਹੋਵੇ ਤੇ ਗਾਲ ਤੋਂ ਗੱਲ ਸ਼ੁਰੂ ਕਰਨੀ ਪੈਂਦੀ ਆ ਲੱਖ ਲਾਹਨਤ ਹੈ ਜਿਹੜਾ ਬੰਦਾ ਇਸ ਤਰ੍ਹਾਂ ਕਹਿੰਦਾ ਵੀ ਨਹੀਂ ਜੀ ਇਹਦੇ ਚ ਗਾਲ ਤੋਂ ਗੱਲ ਸ਼ੁਰੂ ਹੁੰਦੀ ਹੈ ਮੈਂ ਤਾਂ ਜ਼ਿਕਰ ਕਰਾਂ ਜਿਸ ਦਿਨ ਗੁਰਮੁਖੀ ਭਾਸ਼ਾ ਤੇਰੀ ਜ਼ੁਬਾਨ ਤੇ ਆ ਗਈ ਤੂੰ ਗਾਲ ਦੀ ਗੱਲ ਛੱਡ ਤੇਰੀ ਜ਼ੁਬਾਨ ਦੇ ਉੱਤੇ ਮਾੜਾ ਸ਼ਬਦ ਜਾਂ ਇੰਜ ਕਹਿ ਲਓ ਮਾੜਾ ਸੋਚਣਾ ਵੀ ਤੇਰੇ ਜ਼ਿਹਨ ਦੇ ਵਿੱਚ ਨਹੀਂ ਆਏਗਾ ਗੁਰਮੁਖੀ ਭਾਸ਼ਾ ਹੋਵੇ ਤੇਰੀ ਜ਼ੁਬਾਨ ਦੇ ਉੱਤੇ ਫਿਰ ਉਸ ਤੋਂ ਵੱਧ ਚਲੋ ਇੱਕ ਹੋਰ ਬੇਨਤੀ ਕਰਾਂ ਆਮ ਮਨੁੱਖ ਗਾਲ ਕੱਢੇ ਨਾ ਗੁਰਮੁਖ ਮੰਦ ਸ਼ਬਦ ਨੇ ਕਿਸੇ ਨੂੰ ਗੱਲਾਂ 'ਚ ਵੀ ਕਹਿਣਾ ਇੱਕ ਤਾਂ ਲੜਾਈ ਝਗੜੇ ਦੇ ਵਿੱਚ ਕਹੀ ਜਾਣੀ ਇੱਕ ਆਮ ਗੱਲਾਂ 'ਚ ਦੋਸਤ ਮਿੱਤਰਤਾ ਦੇ ਵਿੱਚ ਪਿਆਰ ਦੇ ਵਿੱਚ ਕਈ ਲੋਕ ਦੇਖੇ ਨੇ ਇੰਨੇ ਮੰਦ ਸ਼ਬਦ ਗੱਲ-ਗੱਲ ਤੇ ਇੱਕ ਦੂਜੇ ਨੂੰ ਐਸੀਆਂ ਗਾਲਾਂ ਕੱਢ ਰਹੇ ਹੁੰਦੇ ਹੈਰਾਨੀ ਹੋ ਜਾਂਦੀ ਵੀ ਉਹਨਾਂ ਘਰ ਬੈਠੀਆਂ ਧੀਆ ਪੈਣਾ ਬੱਚਿਆਂ ਦਾ ਕੀ ਕਸੂਰ ਹੈ ਮੈਂ ਇਹ ਬੇਨਤੀ ਕਰਾਂ ਆਮ ਮਨੁੱਖ ਦੁਨੀਆਦਾਰ ਕੀ ਕਰੇ ਨਾ ਕਰੇ ਸਾਨੂੰ ਮਤਲਬ ਨਹੀਂ ਪਰ ਸਿਰ ਤੇ ਦਸਤਾਰਾ ਸਜਿਆ ਹੋਵੇ ਦਮਾਲਾ ਵੀ ਬੰਨਿਆ ਹੋਵੇ ਇੰਜ ਕਹਿ ਲੋ ਦਾੜਾ ਵੀ ਪ੍ਰਕਾਸ਼ ਹੋਵੇ ਤੇ ਉਹ ਗੱਲ-ਗੱਲ ਤੇ ਗੱਲ ਕੱਢਦਾ ਹੋਵੇ ਜ਼ਰੂਰੀ ਨਹੀਂ ਕਿ ਉਹ ਕਵੇ ਮੈਂ ਕਿਹੜਾ ਅੰਮ੍ਰਿਤ ਛਕਿਆ ਅੰਮ੍ਰਿਤ ਨਹੀਂ ਛਕਿਆ ਦਸਤਾਰਾਂ ਤੇ ਬੰਨਿਆ ਨਾ ਤੂੰ ਦਾੜਾ ਤੇ ਪ੍ਰਕਾਸ਼ ਹੈ ਨਾ ਇੱਕ ਇੰਜ ਕਹਿ ਦਈਏ ਇੱਕ ਸਰਦਾਰਤਾ ਹੈ ਨਾ ਤੂੰ ਤੇ ਦਾਤਾਰ ਪਾਤਸ਼ਾਹ ਜੀ ਦਾ ਵਚਨ ਕਵਾਂ ਤਾਂ ਗੁਰਮੁਖਾ ਐਸਾ ਰੂਪ ਧਾਰਨ ਕਰਕੇ ਤੂੰ ਇਹ ਸ਼ਬਦ ਵਰਤੇ ਤਾਂ ਮੈਂ ਕਹਿੰਦਾ ਕਿ ਬਿਲਕੁਲ ਵੀ ਇਹ ਸ਼ਬਦ ਜਿਹੜੇ ਉਹ ਪ੍ਰਵਾਨ ਨਹੀਂ ਹਨ ਤਾਂ ਦਾਤਾਰ ਪਾਤਸ਼ਾਹ ਜੀ ਇੱਥੇ ਉਸ ਬ੍ਰਾਹਮਣ ਨੂੰ ਸਮਝਾਉਂਦਿਆ ਕਹਿ ਰਹੇ ਨੇ ਕਿ ਐ ਪੰਡਤ ਜੀ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਇਸ ਤਰ੍ਹਾਂ ਲੱਖਾਂ ਝੂਠ ਜਿਹੜੇ ਨੇ ਤੁਹਾਡੇ ਪੱਲੇ 'ਚ ਨੇ ਤੇ ਕਈ ਵਾਰ ਲੱਖਾਂ ਗਾਲਾਂ ਮਾੜੇ ਸ਼ਬਦ ਜਿਹੜੇ ਉਹ ਵਰਤਦੇ ਹੋ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ ਲੱਖ ਠੱਗੀਆਂ ਭਵਕੇ ਲੱਖਾਂ ਠੱਗੀਆਂ ਕੋਈ ਇੱਕ ਅੱਧੀ ਠੱਗੀ ਦੀ ਗੱਲ ਨਹੀਂ ਲੱਖਾਂ ਠੱਗੀਆਂ ਮਾਰਦੇ ਪਏ ਉਹ ਧਰਮ ਦੇ ਚਿੰਨ੍ਹ ਪਾ ਕੇ ਫਿਰ ਪਹਿਨਾਮੀਆਂ ਉਹਨਾਂ ਨੂੰ ਲੁਕੋ ਵੀ ਲੈਂਦੇ ਹੋ ਸੰਸਾਰ ਤੋਂ ਕਿਉਂਕਿ ਹਰ ਮਨੁੱਖ ਹੀ ਇਹ ਕੁਝ ਕਰ ਰਿਹਾ ਇੱਕ ਪਾਸੇ ਕਰ ਰਿਹਾ ਦੂਜੇ ਪਾਸੇ ਦੁਨੀਆ ਤੋਂ ਵੀ ਲੁਕੋ ਰਿਹਾ ਕੈਮਰਿਆਂ ਤੋਂ ਵੀ ਲੁਕੋ ਰਿਹਾ ਗੁਰੂ ਤੋਂ ਵੀ ਲੁਕੋ ਰਿਹਾ ਪਰ ਸਚਾਈ ਇਹ ਹੈ ਤੂੰ ਆਪਣੇ ਆਪ ਤੋਂ ਨਹੀਂ ਲੁਕੋ ਸਕਦਾ ਦੁਨੀਆ ਦੇ ਵਿੱਚ ਹਰ ਥਾਂ ਤੇ ਇੰਜ ਕਹਿ ਲੋ ਤੁਸੀਂ ਝੂਠ ਬੋਲ ਸਕਦੇ ਹੋ ਬੋਲਦੇ ਵੀ ਨੇ ਲੋਕ ਕੋਈ ਝੂਠ ਨਹੀਂ ਇਹਦੇ ਚ ਧਰਮ ਦੇ ਸਥਾਨ ਤੇ ਆ ਕਰਕੇ ਕਹਿ ਲੋ ਜਾਂ ਮਾਲਕ ਦੇ ਸਾਹਮਣੇ ਖੜ ਕੇ ਵੀ ਮਨੁੱਖ ਜਿਹੜਾ ਉਹ ਝੂਠ ਬੋਲ ਸਕਦਾ ਪਰ ਇਹ ਇੱਕ ਸਚਾਈ ਹੈ ਕਿ ਜਦੋਂ ਕਦੀ ਆਪਣੇ ਸਾਹਮਣੇ ਖੜੋ ਨਾ ਇੰਜ ਕਹਿ ਲੋ ਸ਼ੀਸ਼ੇ ਦੇ ਸਾਹਮਣੇ ਖੜ ਜਾਓ ਨਾ ਤੇ ਕਈ ਵਾਰ ਤੁਹਾਨੂੰ ਆਪਣੀ ਅੱਖਾਂ ਚ ਅੱਖਾਂ ਪਾ ਕੇ ਤੁਹਾਡੇ ਤੇ ਝੂਠ ਨਹੀਂ ਬੋਲਿਆ ਜਾਣਾ ਸੋ ਖੈਰ ਸਹਿਬ ਜੀ ਕਹਿੰਦੇ ਲੱਖਾਂ ਠੱਗੀਆਂ ਫਿਰ ਉਹਨਾਂ ਨੂੰ ਲੁਕਾ ਕੇ ਰੱਖਦੇ ਰਾਤ ਦਿਨ ਸ ਜੀ ਨਾਲ ਦਿਨ ਰਾਤ ਇਹ ਸਾਰਾ ਕੁਝ ਜਿੰਦ ਦੇ ਨਾਲ ਕਰਦੇ ਪਏ ਹੋ ਸਰੀਰ ਦੇ ਨਾਲ ਤੇ ਸੋ ਹੋ ਹੀ ਰਿਹਾ ਜਿੰਦ ਦੇ ਨਾਲ ਵੀ ਤੁਸੀਂ ਇਹ ਸਾਰਾ ਕੁਝ ਜਿਹੜਾ ਹੈ ਸੋ ਕਰ ਰਹੇ ਹੋ ਤਾਂ ਦਾਤਾਰ ਪਾਤਸ਼ਾਹ ਜੀ ਕਹਿੰਦੇ ਤਗ ਕਪਾਹ ਹਉ ਕੱਤੀ ਐ ਬ੍ਰਾਹਮਣ ਵਟੇ ਆਏ ਤਗ ਕਪਾਹ ਹਉ ਕੱਤੀ ਐ ਕਪਾਹ ਦਾ ਤੇ ਤਗ ਇਹ ਜਨੇਊ ਜਿਹੜਾ ਇਹਨੂੰ ਕੱਤਿਆ ਗਿਆ ਤੇ ਬਾਹਮਣ ਨੇ ਆ ਕਰਕੇ ਇਹਨੂੰ ਵਟਿਆ ਤੇ ਆ ਕਰਕੇ ਸਹਿਬ ਜੀ ਕਹਿੰਦੇ ਫਿਰ ਪਾ ਦਿੱਤਾ ਤਗ ਕਪਾਹ ਹੋਂ ਕਤੀ ਐ ਬਾਹਮਣ ਵਟੇ ਆਏ ਤੇ ਨਾਲ ਇੱਕ ਮਰਿਆਦਾ ਤੁਸੀਂ ਬਣਾ ਦਿੱਤੀ ਜਿਸ ਘਰ ਦੇ ਵਿੱਚ ਜਨੇਊ ਪਾਇਆ ਜਾਣਾ ਉੱਥੇ ਸਹਿਬ ਜੀ ਕਹਿੰਦੇ ਆ ਮਾਸ ਬਣਦਾ ਹੈ ਕੈਸਾ ਹੈ ਤੁਹਾਡਾ ਧਰਮ ਦਾ ਕਰਮ ਹੈ ਕੋਹੇ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ ਕਿ ਇੱਕ ਬੱਕਰੇ ਨੂੰ ਵਿਚਾਰੇ ਜੀਵ ਨੂੰ ਕੋਹ ਕੋ ਕੇ ਤੁਸੀਂ ਉਹਨੂੰ ਮਾਰਿਆ ਮਾਰ ਕੇ ਫਿਰ ਤੁਸੀਂ ਉਹਨੂੰ ਰੰਨਦੇ ਹੋ ਪਕਾਉਂਦੇ ਹੋ ਤੇ ਫਿਰ ਸਭ ਕੋ ਆਖੇ ਪਾਏ ਫਿਰ ਸਾਰਿਆਂ ਨੂੰ ਇਕਤਾ ਖਾਣ ਵਾਸਤੇ ਕਹਿੰਦੇ ਹੋ ਦੂਜਾ ਸਭ ਕੋ ਆਖੇ ਪਾਏ ਫਿਰ ਆ ਸਾਰਾ ਕੁਝ ਕਰਕੇ ਬੱਚੇ ਦੇ ਗਲ ਜਨੇਊ ਪਾ ਕੇ ਫਿਰ ਸਾਰੇ ਕਹਿੰਦੇ ਹਾਂ ਜੀ ਜਨੇਊ ਪੈ ਗਿਆ ਜਨੇਊ ਦੀ ਰਸਮ ਅਧਾ ਹੋ ਗਈ ਜੀ ਜਨੇਊ ਸੰਸਕਾਰ ਹੋ ਗਿਆ ਜੀ ਆਓ ਹੁਣ ਆਪਾਂ ਭੋਜਨ ਪ੍ਰਸ਼ਾਦਾ ਛਕੀਏ ਤੇ ਭੋਜਨ ਦੇ ਵਿੱਚ ਤੁਸੀਂ ਕੀ ਪਰੋਸੀ ਬੈਠੇ ਹੋ ਕੋਹ ਬੱਕਰਾ ਰੰਨ ਖਾਇਆ ਕੈਸੀ ਕਮਾਲ ਦੀ ਗੱਲ ਹੈ ਕਿਹੈਸਾ ਕਮਾਲ ਦਾ ਧਰਮ ਹੈ ਸਾਹਿਬ ਜੀ ਕਹਿੰਦੇ ਵੀ ਆ ਕੀ ਇੱਕ ਪਾਸੇ ਜੀਵ ਹੱਤਿਆ ਦੂਜੇ ਪਾਸੇ ਧਰਮ ਦੀ ਗੱਲ ਕਰਦੇ ਪਏ ਨਹੀਂ ਦਇਆ ਦੀ ਗੱਲ ਕਰੋ ਧੰਗੁਰੂ ਅੰਗਦ ਦੇ ਮਹਾਰਾਜੀ ਦੇ ਕੋਲ ਇੱਕ ਦਫਾ ਸਾਹਿਬ ਜੀ ਜਦੋਂ ਕਡੂਰ ਸਾਹਿਬ ਦੀ ertid ਤੇ ਉਪਦੇਸ਼ ਬਖਸ਼ਦੇ ਨੇ ਮੇਰੇ ਹਜ਼ੂਰ ਦਾਤਾਰ ਪਾਤਸ਼ਾਹ ਜੀ ਦੇ ਕੋਲੋਂ ਦੀ ਇੱਕ ਸ਼ੀਹਾ ਉਪਲ ਨਾਮ ਦਾ ਪਿਆਰਾ ਸਿੱਖ ਲੰਗਿਆ ਦਾਤਾਰ ਪਾਤਸ਼ਾਹ ਦੀ ਨਿਗਾਹ ਗਈ ਤੇ ਸ਼ੀਹਾ ਉਪਲ ਜਿਹੜਾ ਸੀ ਨਾ ਉਹਨੇ ਕਈ ਬੱਕਰੇ ਜਿਹੜੇ ਸੀ ਨਾਲ ਲੈ ਓਏ ਸਰਤਾਰ ਪਾਤਸ਼ਾਹ ਕਹਿੰਦੇ 시ਹਾ ਕਿੱਧਰ ਜਾ ਰਿਹਾ ਐ ਐਨੇ ਬੱਕਰੇ ਕਾ ਤੋਂ ਨਾਲ ਅੱਜ ਲੈ ਅੱਗੇ ਤੇ ਕਦੀ ਤੇਰੇ ਨਾਲ ਦੇਖੇ ਨਹੀਂ ਉਹ ਕਹਿੰਦਾ ਮਹਾਰਾਜ ਸਾਡੇ ਘਰ ਦੇ ਅੰਦਰ ਜਨੇਊ ਸੰਸਕਾਰ ਹੈ ਭਾਵ ਕੇ ਹਲੇ ਉਹਨੇ ਉਹ ਸਿੱਖੀ ਜਿਹੜੀ ਹੈ ਜਿਸ ਦੇ ਅੰਦਰ ਇਹ ਸਾਰੇ ਧਰਮ ਕਰਮ ਤੋਂ ਛੁੱਟਣਾ ਸੀ ਉਹ ਪਰਪੱਕ ਜੁੜਿਆ ਨਹੀਂ ਸੀ ਉਹਦੇ ਨਾਲ ਪਸਾਰੇ ਵੀ ਉਹ ਪੁਰਾਣੇ ਰਸਮੋ ਰਿਵਾਜਾਂ ਦੇ ਨਾਲ ਜੁੜਿਆ ਸੀ ਕਹਿੰਦਾ ਮਹਾਰਾਜ ਸਾਡੇ ਅੰਦਰ ਇੱਕ ਸੰਸਕਾਰ ਹੈ ਉਹ ਜਨੇਊ ਵੀ ਕਹਿ ਸਕਦੇ ਜਾਂ ਇਹਨਾਂ ਦੇ ਕਈ ਸੰਸਕਾਰਾਂ ਦੇ ਵਿੱਚ ਸਭ ਕੁਝ ਹੁੰਦਾ ਹੈ ਮੁਕਤੀ ਕਾਲ ਦਾਤਾਰ ਪੱਛਾ ਕਹਿੰਦੇ ਫਿਰ ਇਹ ਕੀ ਕਰਨਾ ਹੈ ਕਹਿੰਦਾ ਜੀ ਸ਼ਰੀਕਾ ਇਕੱਠਾ ਹੋਣਾ ਹੈ ਭਾਈਚਾਰਾ ਇਕੱਠਾ ਹੋਣਾ ਹੈ ਇਹਨਾਂ ਨੂੰ ਖਵਾਉਣਾ ਹੈ ਫਿਰ ਉਹਨਾਂ ਨੂੰ ਆਿਆਂ ਦੀ ਸੇਵਾ ਟਹਿਲ ਵੀ ਕਰਨੀ ਤੇ ਤਨ ਗੁਰਵੰਗਤ ਦੇ ਮਹਾਰਾਜ ਨੇ ਉਸ ਸ਼ੀਹਾ ਉਪਲ ਨੂੰ ਉਪਦੇਸ਼ ਪਖਤਿਆ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਕਿਹਾ ਇਤਨੇ ਜੀਵ ਹਿੰਸਾ ਕਰੈ ਕਿ ਸ਼ੀਹਾ ਉਪਲ ਐਨੇ ਜੀਵ ਮਾਰੇਗਾ ਤੂੰ ਇਤਨੇ ਜੀਵ ਹਿੰਸਾ ਕਰੈ ਥੋੜਾ ਹੈਰਾਨ ਹੋ ਕੇ ਸਹਿਬ ਕਹਿੰਦੇ ਐਨੇ ਜੀਵ ਮਾਰੇਗਾ ਤੂੰ ਸਿਰਫ ਇੱਕ ਸੰਸਕਾਰ ਕਰਨ ਵਾਸਤੇ ਸਿਰਫ ਲੋਕਾਂ ਨੂੰ ਖੁਸ਼ ਕਰਨ ਦੇ ਵਾਸਤੇ ਪਾਪ ਵਿਸਾਲ ਆਪਣ ਸਿਰ ਧਰੈ ਆਪਦੇ ਸਿਰ ਦੇ ਉੱਤੇ ਐਡਾ ਵੱਡਾ ਪਾਪ ਰੱਖੇਗਾ ਤੂੰ ਕਿਉਂਕਿ ਇੱਥੇ ਤਾਂ ਇੱਕ ਜੀਵ ਮਾਰਨ ਦਾ ਐਨਾ ਵੱਡਾ ਪਾਪ ਹੈ ਤੇ ਤੂੰ ਇੰਨੇ ਜੀਵ ਜਿਹੜੇ ਨੇ ਇਹਨਾਂ ਨੂੰ ਮਾਰਨਾ ਹੈ ਪਾਪ ਵਿਸਾਲ ਆਪਣ ਸਿਰ ਤਰ ਹੈ ਤੂੰ ਆਪਦੇ ਸਿਰ ਤੇ ਇੰਨਾ ਵੱਡਾ ਪਾਪ ਲਵੇਂਗਾ ਤਾਂ ਦਾਤਾਰ ਪਾਤਸ਼ਾਹ ਜੀ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਅਬ ਤੋ ਸੁਗਮ ਜਾਨੀ ਹੈ ਕਰਬੋ ਹੁਣ ਬੜਾ ਸੌਖਾ ਹੀ ਇਹ ਸਾਰਾ ਕੁਝ ਕਰਨਾ ਤੂੰ ਇਹਨਾਂ ਨੂੰ ਲਈ ਜਾਣਾ ਜਾ ਕੇ ਵੱਢ ਦੇਣੇ ਨੇ ਵੱਢ ਕੇ ਰਿੰਨ ਦੇਣੇ ਨੇ ਲੋਕਾਂ ਨੂੰ ਰਿਸ਼ਤੇਦਾਰਾਂ ਨੂੰ ਖਵਾ ਦੇਣੇ ਨੇ ਉਹਨਾਂ ਨੇ ਵਾਹ ਵਾਹ ਕਰਦਿਆਂ ਤੁਰ ਜਾਣਾ ਤੂੰ ਵੀ ਖੁਸ਼ ਹੋ ਜਾਣਾ ਜੀ ਬੜਾ ਵਧੀਆ ਬੜਾ ਵਧੀਆ ਅਬ ਤੋ ਸੁਗਮ ਜਾਣੇ ਕਰਬੋ ਹੁਣ ਤੇ ਕਰਨਾ ਬੜਾ ਸੌਖਾ ਅੰਤ ਮਹਾ ਦੁਖ ਨਰਕਣ ਪਰਬੋ ਜੀ ਹਾਂ ਪਲ ਇਸ ਤੋਂ ਬਾਅਦ ਅੰਤ ਨੂੰ ਜਿਹੜਾ ਦੁੱਖ ਮਿਲਣਾ ਨਾ ਬੜਾ ਭਿਆਨਕ ਦੁੱਖ ਹੈ ਹੁਣ ਤੇ ਲੋਕਾਂ ਦੀ ਵਾਵਾ ਖੱਟ ਲੈਗਾ ਫਿਰ ਨਰਕਾਂ ਦੇ ਵਿੱਚ ਪੈਣ ਦਾ ਬੜਾ ਭਾਰੀ ਦੁੱਖ ਹੋਣ ਜਿਨ ਕੇ ਹਿਤ ਅਪਕਰਮ ਕਮਾਏ ਜਿਨ੍ਹਾਂ ਦੇ ਵਾਸਤੇ ਤੂੰ ਇਹ ਮੰਦ ਕਰਮ ਅਜ ਕਰਨ ਲੱਗਾ ਲੋਕਾਂ ਵਾਸਤੇ ਕਰਨ ਲੱਗਾ ਨਾ ਵੀ ਸ਼ਰੀਕੇ ਵਾਲਿਆਂ ਨੇ ਆਉਣਾ ਭਾਈਚਾਰੇ ਨੇ ਆਉਣਾ ਜਿਨ੍ਹਾਂ ਦੇ ਵਾਸਤੇ ਸਹਿਬ ਕਹਿੰਦੇ ਇਹ ਮਾੜੇ ਕਰਮ ਕਰਨ ਲੱਗਾ ਤਹਾਂ ਨ ਰੰਚਕ ਹੋਹੇ ਸਹਾਏ ਤਹਾਂ ਨ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਚ ਉਹਨਾਂ ਸਹਾਇ ਨਹੀਂ ਹੋਣਾ ਜਦੋਂ ਤੈਨੂੰ ਜੀਵ ਹਤਿਆ ਦਾ ਫਲ ਮਿਲਦਾ ਨਾ ਕਿਸੇ ਨੇ ਨਹੀਂ ਕਹਿਣਾ ਨਹੀਂ ਜੀ ਇਹਨੇ ਸਾਡੇ ਵਾਸਤੇ ਬਣਾਏ ਸੀ ਇਹਨੇ ਤੇ ਖਾਦਾ ਵੀ ਨਹੀਂ ਵਿਚਰੇ ਨੇ ਕਈ ਲੋਕ ਐਸੇ ਹੁੰਦੇ ਜਿਹੜੇ ਕਹਿੰਦੇ ਵੀ ਆਪਾਂ ਤਾਂ ਨਹੀਂ ਖਾਂਦੇ ਪਰ ਰਿਸ਼ਤੇਦਾਰ ਆਏ ਨੇ ਘਰੇ ਜੀ ਉਹਨਾਂ ਨੇ ਖਾਣਾ ਹੁਣ ਉਹਨਾਂ ਨੂੰ ਤਾਂ ਖਵਾਉਣਾ ਹੀ ਪੈਣਾ ਜੀ ਫਲਾਣਾ ਐਡਾ ਰਿਸ਼ਤੇਦਾਰ ਹੈ ਕਿਉਂਕਿ ਰਿਸ਼ਤੇਦਾਰੀਆਂ ਦੇ ਵਿੱਚ ਵੀ ਮਨੁੱਖ ਦੇ ਕਈ ਫਰਕ ਨੇ। ਬਲਾਣਾ ਰਿਸ਼ਤੇਦਾਰ ਹੈ ਤੇ ਉਹਦੀ ਜੀ ਆਓ ਭਗਤ ਜਿਆਦੀ ਹੈ ਤੇ ਇੱਕ ਦੂਜਾ ਰਿਸ਼ਤੇਦਾਰ ਹੈ ਤੇ ਉਹ ਭਾਵੇਂ ਘਰੇ ਪਾਣੀ ਤੋਂ ਬੈਠਾ ਰਵੇ ਤੇ ਦੂਜਾ ਇੱਕ ਆਏਗਾ ਉਹ ਕਹੇਗਾ ਨਹੀਂ ਜੀ ਇਹਦੇ ਨਾਲ ਆਹ ਰਿਸ਼ਤੇਦਾਰੀ ਇਹਦੇ ਅੱਗੇ ਤੇ ਠੰਡੇ ਰੱਖੋ ਲਿਆ ਕੇ। ਕਿਹਸਾ ਦੁਨੀਆ ਦਾ ਦਸਤੂਰ ਹੈ ਹੈਰਾਨੀ ਹੁੰਦੀ ਹੈ। ਸੋ ਦਾਤਾਰ ਪਾਤਸ਼ਾਹ ਜੀ ਕਹਿੰਦੇ ਕਿਸੇ ਨੇ ਤੇਰੇ ਨਾਲ ਨਿਭਾ ਨਾ ਨਹੀਂ ਸੁਖ ਭੋਗ ਗਏਂਗੋ ਸਗਰੋ ਲੋਕ। ਆ ਸਾਰੇ ਲੋਕਾਂ ਨੇ ਸੁੱਖ ਭੋਗਣਾ ਇਹਨਾਂ ਨੇ ਤੇ ਬੜੇ ਐ ਰਸ ਲੈ ਲੈ ਕੇ ਇਹਨਾਂ ਨੇ ਸਾਰਾ ਕੁਝ ਖਾ ਲੈਣਾ ਹੈ ਅਪਦਾ ਪਰ ਹੈ ਤੋਹੇ ਵੱਡ ਸ਼ੋਕ ਤੇਰੇ ਤੇ ਵਿਪਤਾ ਪੈਣੀ ਤੇ ਦੁੱਖ ਸਾਰਿਆਂ ਤੋਂ ਵੱਡ ਜਿਹੜਾ ਉਸ ਵਕਤ ਤੈਨੂੰ ਦਿੱਤਾ ਜਾਏਗਾ ਧਰਮ ਰਾਏ ਜਬ ਕਰ ਹੈ ਲਿਖਾ ਲਹੈ ਮਹਾ ਦੁਖਮ ਰਹਿ ਨਾ ਸੇਖਾ ਲਹੈ ਮਹਾ ਦੁਖ ਰਹਿ ਨਾ ਸੇਖਾ ਧਰਮ ਰਾਏ ਜਬ ਲਹੈ ਲਿਖਾ ਐ ਸ਼ਾਇਚੀ ਉਪਲ ਜਦੋਂ ਧਰਮਰਾਜ ਲੇਖਾ ਮੰਗੇਗਾ ਨਾ ਉੱਥੇ ਦੁੱਖ ਤੈਨੂੰ ਝੱਲਣੇ ਪੈਣੇ ਨੇ ਸਤਗੁਰਾਂ ਨੇ ਇਹ ਸਮਝਾਇਆ ਤੇ ਦੇਖੋ ਮੈਂ ਇੱਥੇ ਬੇਨਤੀ ਕਰਾਂ ਸਹਿਵ ਜੀ ਨੇ ਉਹਨੂੰ ਇਹ ਵੀ ਸਮਝਾਇਆ ਸੀ ਕਿ ਇੱਕ ਪਾਸੇ ਤੂੰ ਬਹੁਤ ਸੋਹਣਾ ਕਰਮ ਕਰਨ ਲੱਗਾ ਧਰਮ ਦਾ ਉਤੋਂ ਤੋਂ ਤੂੰ ਜੀਵ ਹੱਤਿਆ ਕਰੇਂਗਾ ਇਹਨਾਂ ਦੀਆਂ ਬਦਸੀਸਾਂ ਲੱਗਣਗੀਆਂ ਤੇ ਕੱਲ ਨੂੰ ਤੂੰ ਕਹਿਣਾ ਮੇਰੇ ਘਰ ਦੇਵੇ ਸੁਖੀ ਨਹੀਂ ਆਈ ਦੇਖੋ ਮੈਂ ਕਹਾਂ ਇੱਕ ਪਾਸੇ ਅਸੀਂ ਕਈ ਅਸੀਂ ਧੀ ਦਾ ਵਿਆਹ ਕਰ ਰਹੇ ਆ ਦੂਜੇ ਪਾਸੇ ਕਈਏ ਜੀ 500 ਮੁਰਗਾ ਵੱਢਿਆ ਸੀ 50 ਬੱਕਰੇ ਵੱਡੇ ਅਸੀਂ ਗੁਰਮੁਖੋ ਕੀ ਜੀਵ ਹੱਤਿਆ ਕਰਕੇ ਤੇ ਉਸ ਤੋਂ ਬਾਅਦ ਅਸੀਂ ਕਹਿੰਨੇ ਮ ਕੰਨਿਆਦਾਨ ਕਰਕੇ ਆਇਆ ਜੀ ਮਾਫ ਕਰਿਓ ਸ਼ਬਦ ਨੂੰ ਕਿਹੜਾ ਕੰਨਿਆਦਾਨ ਕਰਕੇ ਆਇਆ ਇੱਕ ਕੰਨਿਆਦਾਨ ਕਰਕੇ ਤੇ ਤੇ ਦੁਹਾਈ ਪਾਪਾ ਕੇ ਸੁਨਾਤਾ ਤੇ ਉਹ ਜਿਹੜਾ 8900 ਜੀਵ ਮਾਰੇ ਉਹਦੇ ਬਾਰੇ ਨਹੀਂ ਸੁਨਾਇਆ ਕਿਸੇ ਨੂੰ ਕਮਾਲ ਦੀ ਗੱਲ ਹੈ ਫਿਰ ਅਸੀਂ ਕਹਿੰਨੇ ਨਹੀਂ ਜੀ ਸਾਡੇ ਘਰਾਂ ਚ ਖੁਸ਼ੀ ਨਹੀਂ ਆਈ ਸਾਡੇ ਘਰਾਂ ਦੇ ਵਿੱਚ ਆ ਨਹੀਂ ਹੋਇਆ ਸਾਡੇ ਘਰ ਹੀ ਉਹ ਦਾਤ ਨਹੀਂ ਆਈ ਬ੍ਰਮਖੋ ਇੱਕ ਕੈਸਾ ਧਰਮ ਦੁਨੀਆ ਨੇ ਅਪਣਾ ਲਿਆ ਜਦੋਂ ਭਾਈ ਗੁਰਦਾਸ ਜੀ ਦੇ ਵਚਨ ਪੜੋ ਨਾ ਭਾਈ ਗੁਰਦਾਸ ਜੀ ਦੀ ਇੱਕ ਬਾਤ ਹੈ ਉਹ ਕਹਿੰਦੇ ਵੀ ਇੱਕ ਦਿਨ ਸ਼ੇਰ ਨੇ ਬੱਕਰੀ ਨੂੰ ਫੜਿਆ ਤੇ ਜਦੋਂ ਸ਼ੇਰ ਬੱਕਰੀ ਨੂੰ ਫੜਦਾ ਹੈ ਤੇ ਸੁਭਾਵਕ ਹੈ ਉਹਨੂੰ ਖਾਣ ਲੱਗਾ ਉਹਨੂੰ ਮਾਰਨ ਲੱਗਾ ਜਦੋਂ ਮਾਰਨ ਲੱਗਾ ਤੇ ਬੱਕਰੀ ਜਿਹੜੀ ਸੀ ਉਹ ਖਿੜ ਖਿੜ ਕੇ ਹਸੀ ਸ਼ੇਰ ਕਹਿੰਦਾ ਵੀ ਪਹਿਲਾਂ ਮੈਨੂੰ ਆਹ ਦੱਸ ਵੀ ਤੂੰ ਹੱਸੀ ਕਿਉਂ ਹੈ ਕਿਉਂਕਿ ਮੈਂ ਤਾਂ ਜਿੰਨੂੰ ਫੜਦਾ ਉਹ ਤਾਂ ਚੀਕਾਂ ਮਾਰਦਾ ਪੁਕਾਰਾਂ ਕਰਦਾ ਛੱਡ ਦੇ ਬਚਾ ਲੋ ਮੈਨੂੰ ਤੂੰ ਇੰਨਾ ਖਿੜ-ਖਿੜ ਕੇ ਕਿਉਂ ਹੱਸੀ? ਬੱਕਰੀ ਕਹਿੰਦੀ ਮੈਂ ਹੱਸੀ ਤਾਂ ਵਾਂ। ਪਹਿਲੇ ਤਾਂ ਮੇਰੀ ਅਰਦਾਸ ਇਹ ਐ ਵੀ ਸਾਡੇ ਜਿਹੜੇ ਅਗਾ ਪੀੜ੍ਹੀ ਬੱਚੇ ਜਿਹੜੇ ਨੇ ਜਿਨ੍ਹਾਂ ਚ ਪੁਰਖ ਨੇ ਪਾਵ ਕੇ ਪੁਰਸ਼ ਜਿਹੜੇ ਬੱਚੇ ਹਨ ਮਰਦ ਰੂਪ ਹਨ ਉਹਨਾਂ ਮਰਦ ਹੋ ਜਾਣ। ਖੱਸੀ ਹੋ ਜਾਣ ਤਾਂ ਕਿ ਸਾਡੀ ਕੁੱਲ ਨਾ ਅੱਗੇ ਚੱਲੇ। ਜਿਹੜਾ ਦੁੱਖ ਅਜ ਮੈਂ ਸਹਿਆ ਇਹ ਨਾ ਸਹਿਣ। ਫਿਰ ਉਹਨੇ ਉਸ ਤੋਂ ਬਾਅਦ ਇਹ ਕਿਹਾ ਕਹਿੰਦੀ ਵੀ ਮੈਂ ਦੂਜਾ ਮੇਰੇ ਹੱਸਣ ਦਾ ਕਾਰਨ ਇਹ ਐ ਕਿ ਅਸੀਂ ਤੇ ਅਕਾ ਹਉ ਗਿਆ ਹੋਇਆ ਆਮ ਜੰਗਲ ਦੇ ਵਿੱਚ ਛੋਟੇ ਛੋਟੇ ਕੰਦ ਮੂਲ ਪੱਤੇ ਖਾਨੇ ਆ ਜਿਨ੍ਹਾਂ ਦੀ ਕੋਈ ਬਹੁਤੀ ਵੈਲਿਊ ਵੀ ਨਹੀਂ ਹੁੰਦੀ ਜ਼ਮੀਨ ਤੇ ਵੀ ਡਿੱਗੇ ਪਏ ਹੁੰਦੇ ਨੇ ਰੋਲਦੇ ਪਏ ਕਾਮ ਕਾ ਅਸੀਂ ਤੇ ਉਹ ਖਾਨੇ ਆ ਤੇ ਸਾਨੂੰ ਤਾਂ ਵੀ ਇੰਨਾ ਦੁੱਖ ਤੇ ਤੂੰ ਤੇ ਜੀਵ ਖਾਨਾ ਪਿਆ ਅਸੀਂ ਤੇ ਪੱਤੇ ਖਾਦੇ ਆ ਸਾਨੂੰ ਤਾਂ ਇੰਨਾ ਦੁੱਖ ਮਿਲਣ ਲੱਗਾ ਤੇ ਤੂੰ ਤੇ ਸਾਡੇ ਵਰਗੇ ਜੀਵਾਂ ਨੂੰ ਖਾਨਾ ਤੇਰਾ ਕੀ ਬਣੇਗਾ ਤੇ ਮੈਂ ਇਹ ਬਚਨ ਕਵਾਂ ਬੇਨਤੀ ਕਰਾਂ ਦੇਖੋ ਬੱਕਰੀ ਤਾ ਇੱਕ ਗਰੀਬ ਦੀ ਨਿਆਂ ਅਸੀਂ ਕਹਿ ਲਈਏ ਤੇ ਹੁਣ ਜਿਹੜਾ ਇੱਕ ਸ਼ੇਰ ਬਣਿਆ ਫਿਰਦਾ ਹੈ ਬਾਹਰੀ ਤੌਰ ਤੇ ਵੀ ਕਮਾ ਤਾਂ ਇੱਕ ਮਨੁੱਖ ਜਦੋਂ ਗਰੀਬਾਂ ਦੇ ਉੱਤੇ ਜ਼ੁਲਮ ਕਰਦਾ ਤੇ ਮaaf ਕਰੇ ਫਿਰ ਉਹਨਾਂ ਦਾ ਕੀ ਬਣੇਗਾ ਦੂਸਰਾ ਮੈਂ ਜਦੋਂ ਜ਼ਿਕਰ ਕਰਾਂ ਤਾਂ ਉਹ ਬੱਕਰੀ ਕਹਿੰਦੀ ਅਸੀਂ ਤੇ ਸਿਰਫ ਘਾਹ ਖਾਦਾ ਇੱਕ ਮੁਰਗੀ ਵੀ ਤੇ ਦਾਣਾ ਹੀ ਖਾਂਦੀ ਹੋਰ ਮੁਰਗੀ ਕੋਈ ਬਹੁਤ ਸੇਬ ਫਰੂਟ ਤਾਂ ਨਹੀਂ ਖਾਂਦੀ ਇੱਕ ਦਾਣਾ ਹੀ ਖਾਂਦੀ ਹੈ ਵਿਚਾਰੀ ਉਹ ਨੋਟਾ ਵੀ ਗਲ ਵੱਢ ਕੇ ਲੋਕਾਂ ਦੇ ਸਾਹਮਣੇ ਉਹਨੂੰ ਮਾਰ ਕੇ ਪਰੋਸਿਆ ਜਾਂਦਾ ਥਾਲੀਆਂ 'ਚ ਤੇ ਜਿੰਨੇ ਹੁਣ ਪੂਰੀ ਮੁਰਗੀ ਖਾਧੀ ਐ ਮੁਰਗਾ ਖਾਧਾ ਹਣ ਸੋਚੋ ਉਹਦਾ ਫਿਰ ਕੀ ਬਣਦਾ ਹੋਊਗਾ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਸ਼ੇਹ ਪਜ ਪਜੂਤੀ ਬੱਕਰੀ ਮਰਦੀ ਹੋਈ ਖਿੜਖਿੜ ਹੱਸੀ ਸ਼ੇਹ ਪਜ ਪਜੂਤੀ ਬੱਕਰੀ ਮਰਦੀ ਹੋਈ ਖਿੜਖਿੜ ਹੱਸੀ ਜਦੋਂ ਉਹ ਮਰਨ ਲੱਗੀ ਤੇ ਉਹ ਖਿੜਖਿੜ ਕੇ ਹੱਸੀ ਕਹਿਣ ਲੱਗੀ ਬਿਨੋਂ ਕਰਨ ਦੀ ਬੱਕਰੀ ਪੁੱਤਰ ਆ ਸਾਡੇ ਕੀਚਨ ਖੱਸੀ ਉਬੰਦੀ ਕਰਦੀ ਮਾਲਕ ਕਿਰਪਾ ਕਰੇ ਸਾਡੇ ਪੁੱਤਰ ਸਾਡੇ ਬੱਚੇ ਜਿਹੜੇ ਉਹ ਖੱਸੀ ਹੋ ਜਾਣ ਆਕਤ ਤੂਰਾ ਖਾਦੇ ਆ ਅਸੀਂ ਤੇ ਸਿਰਫ ਆਕਤ ਤੂਰਾ ਖਾਦਾ ਹੈ ਤੇ ਹੋਇਆ ਕਿ ਕੋਹੇ ਕੋਹੇ ਖੱਲ ਉਖੱਲ ਬੇ ਨਸੀ ਸਾਡੀ ਖੱਲ ਜਿਹੜੀ ਉਹ ਕੋਹ ਕੋ ਕੇ ਪਾਪ ਕੇ ਸਾਡੀ ਖੱਲ ਜਿਹੜੀ ਉਹ ਇਸ ਤਰ੍ਹਾਂ ਹੁਣ ਤੂੰ ਨੋਚਣਾ ਸਾਡੀ ਖੱਲ ਨੂੰ ਸਾਡੀ ਖੱਲ ਨੂੰ ਲਾਉਣਾ ਹੈ ਤੂੰ ਪੰਜਿਆਂ ਦੇ ਨਾਲ ਸਾਡੀ ਖੱਲ ਨੂੰ ਖਿੱਚਣਾ ਹੈ ਤੂੰ ਬਸ ਖਾਦਾ ਕੀ ਸੀ ਆਕਤ ਤੂਰਾ ਖਾਦੇ ਆ ਅਕ ਤਤੂਰੇ ਆਹ ਹੋਰ ਜੰਗਲ ਦੇ ਵਿੱਚ ਛੋਟੀਆਂ-ਮੋਟੀਆਂ ਚੀਜ਼ਾਂ ਹੰਤ ਤਤੂਰਾ ਕੋਈ ਨਾ ਉਹਨੂੰ ਕੋਈ ਤੋੜ ਕੇ ਖੁਸ਼ ਐ ਨਾ ਉਹਨੂੰ ਕੋਈ ਲਾ ਜਾ ਕੇ ਖੁਸ਼ ਐ ਨਾ ਖਾ ਕੇ ਖੁਸ਼ ਐ ਪਰ ਅਸੀਂ ਉਹ ਖਾਦਾ ਜਿਸ ਦੀ ਕੋਈ ਕਦਰ ਕੀਮਤ ਵੀ ਨਹੀਂ ਸੀ ਤਾਂ ਵੀ ਸਾਡੀ ਪੁੱਠੀ ਖਲ ਜਿਹੜੀ ਉਹ ਲਾਈ ਗਈ ਮਾਸ ਖਾਣ ਗੱਲ ਵੱਢ ਕੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੱਲ ਵੱਢ ਕੇ ਮਾਸ ਖਾਂਦੇ ਹਾਲ ਤਨਾੜਾ ਕੌਣ ਹੋ ਵਸੀ ਉਹਨਾਂ ਦਾ ਹਾਲ ਪੜਾ ਕੀ ਹੋਏਗਾ ਇਹ ਹੁਣ ਕਈ ਕਹਿ ਦਿੰਦੇ ਨਾ ਜੀ ਮਾਸ ਖਾਣਾ ਤੇ ਪ੍ਰਵਾਨ ਐ ਹੁਣ ਭਾਈ ਗੁਰਦਾਸ ਜੀ ਦਾ ਫੈਸਲਾ ਹੀ ਐ ਫਿਰ ਗੁਰੂ ਕੀ ਬਾਣੀ ਦੇ ਵਿੱਚ ਵੀ ਬਿਆੰਤ ਪਰਮਾਨੇ ਆਪਣਾ ਵਿਸ਼ਾ ਨਹੀਂ ਹੈ ਖੈਰ ਸੋ ਖੈਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਇੱਥੇ ਸਮਝਾਉਂਦੇ ਪਾਏ ਗੁਰਦਾਸ ਜੀ ਕਹਿੰਦੇ ਗਰਬ ਗਰਬ ਗਰੀਬੀ ਦੇਹ ਖੇਹ ਖਾਜ ਅਖਾਜ ਅਕਾਜ ਕਰਸੀ ਗੁਰਮੁਖ ਦੇ ਅੰਦਰ ਗਰੀਬੀ ਹੋਵੇ ਸੋ ਦਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕੋਹ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ ਕੋ ਕੋ ਕੇ ਬੱਕਰੇ ਨੂੰ ਰਿੰਨ ਕੇ ਖਾਦਾ ਤੇ ਸਾਰੇ ਕਹਿਣ ਲੱਗੇ ਜਨੇਊ ਪੈ ਗਿਆ ਜੀ ਜਨੇਊ ਪੈ ਗਿਆ ਤੇ ਸਾਰਿਆਂ ਨੂੰ ਕਵਾ ਦਿੱਤਾ ਹੋਏ ਪੁਰਾਣਾ ਸੁਟਿਆ ਭੀ ਫਿਰ ਪਾਈਏ ਹੋਰ ਪੁਰਾਣਾ ਹੋ ਗਿਆ ਤੇ ਪਾਏ ਹੋਏ ਨੇ ਉਹਨੂੰ ਲਾ ਕੇ ਸੁੱਟ ਦਿੱਤਾ ਭੀ ਫਿਰ ਪਾਈਏ ਹੋਰ ਤੇ ਜਦੋਂ ਉਹਨੇ ਨਵਾਂ ਖਰੀਦ ਕੇ ਪਾਇਆ ਉਦੋਂ ਤਾਂ ਨਹੀਂ ਇੰਨਾ ਕੁਝ ਉਹ ਕਰਦਾ ਪਹਿਲੀ ਵਾਰ ਜਦੋਂ ਜਨੇਊ ਪਾਇਆ ਜਾਂਦਾ ਉਦੋਂ ਇੰਨਾ ਕੁਝ ਅਡੰਬਰ ਕੀਤਾ ਜਾਂਦਾ ਪਰ ਜਦੋਂ ਪੁਰਾਣਾ ਹੋ ਜਾਂਦਾ ਬੰਦਾ ਦੁਕਾਨ ਤੇ ਤੁਰਿਆ ਜਾਂਦਾ ਉਹ ਤੋਂ ਖਰੀਦਦਾ ਕਈ ਵਾਰ ਤੇ ਉੱਥੇ ਹੀ ਅਸ਼ਟ ਦੇ ਦੋ ਬਟਨ ਖੋਲਦੇ ਨੇ ਤੇ ਉੱਥੇ ਖੜੇ ਖੜੇ ਬਦਲ ਲੈਂਦੇ ਨੇ ਉਹ ਪੁਰਾਣਾ ਹੋ ਗਿਆ ਜੀ ਉਹਨੂੰ ਲਾ ਕੇ ਗੰਗਾ ਸੁੱਟ ਤਾਂ ਨਵਾਂ ਪਾਲਿਆ ਉਸ ਵਕਤ ਫਿਰ ਇੰਨਾ ਤਾਮਝਾਮ ਆ ਇੰਨਾ ਜਿਹੜਾ ਅਡੰਬਰ ਇੰਨਾ ਖਰਚਾ ਜਿਹੜਾ ਕਿਉਂ ਨਹੀਂ ਕੀਤਾ ਗਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁਰਾਣਾ ਹੋ ਗਿਆ ਲਾ ਕੇ ਸੁੱਟ ਦਿੱਤਾ ਤੇ ਸੁੱਟਣ ਤੋਂ ਬਾਅਦ ਵੀ ਫਿਰ ਪਾਈਏ ਹੋਰ ਫਿਰ ਹੋਰ ਲੈ ਕੇ ਪਾਲਿਆ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਸਾਬ ਕਹਿੰਦੇ ਜਿਹਦੇ ਚ ਜੋਰ ਹੁੰਦਾ ਤੇ ਟੁੱਟਦਾ ਹੀ ਕਿਉਂ ਇੱਕ ਤੈ ਵੀ ਜਿਹਦੇ ਚ ਬਲ ਹੁੰਦਾ ਤੇ ਟੁੱਟਦਾ ਹੀ ਕਿਉਂ ਇਹਨੂੰ ਤੇ ਖਿੱਚਿਆ ਨਹੀਂ ਕੁਛ ਨਹੀਂ ਪਿੰਡੇ ਤੇ ਪਾਇਆ ਪਾਈ ਘਸ ਕੇ ਟੁੱਟ ਗਿਆ ਇਹ ਤੇ ਫਿਰ ਜਿਹਦੇ ਚ ਕੋਈ ਜ਼ੋਰ ਬਲ ਹੁੰਦਾ ਕਿਸ ਜੀਵ ਨੂੰ ਉਸ ਦਰਗਾ ਵਿੱਚ ਛਡਾ ਲੈਂਦਾ ਫਿਰ ਇੱਥੇ ਟੁੱਟਦਾ ਕਿਉਂ ਉਹਦੇ ਨਾਲ ਜਾਂਦਾ ਉਹਦੇ ਨਾਲ ਨਿਭਦਾ ਜੇ ਜੇ ਇਸ ਦੇ ਅੰਦਰ ਕੋਈ ਕਰਮਾਂ ਦਾ ਕੋਈ ਧਰਮ ਦਾ ਜ਼ੋਰ ਹੁੰਦਾ ਤੇ ਫਿਰ ਆ ਜਦੋਂ ਜੀਵ ਇਸੇ ਜਨੇਉ ਨੂੰ ਪਾ ਕੇ ਮੰਦੇ ਕਰਮ ਕਰਦਾ ਹੈ ਵਾਸ਼ਨਾ ਭੋਗਦਾ ਹੈ ਚੋਰੀਆਂ ਜਾਰੀਆਂ ਠੱਗੀਆਂ ਕਰਦਾ ਹੈ ਫਿਰ ਉਸ ਵਕਤ ਇਹ ਟੁੱਟ ਕਿਉਂ ਜਾਂਦਾ ਹੈ ਇਹ ਨਹੀਂ ਵੀ ਉਸ ਵਕਤ ਲੈ ਕੇ ਟੁੱਟ ਜਾਂਦਾ ਮਤਲਬ ਜੇ ਇੱਚ ਜੋਰ ਹੋਵੇ ਤੇ ਫਿਰ ਉਹਨੂੰ ਰੋਕੇ ਵੀ ਭਾਈ ਮੈਂ ਤੇਰੇ ਗਲ ਦੇ ਵਿੱਚ ਪਾਇਆ ਹੋਇਆ ਤੇ ਤੂੰ ਜਿਹੜਾ ਕੰਮ ਕਰਨ ਲੱਗਾ ਹੈ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਪਿਆ ਇਹਦੇ ਨਾਲ ਮੇਰੀ ਵੀ ਬਦਨਾਮੀ ਹੈ ਸੱਭ ਕਹਿੰਦੇ ਜੇ ਇਹਦੇ ਵਿੱਚ ਜੋਰ ਹੋਵੇ ਤੇ ਉਹਨੂੰ ਰੁਕਣਾ ਕਰੇ ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ ਸਹਿਬ ਕਹਿੰਦੇ ਹੁਣ ਜੇ ਤੂੰ ਇਹ ਪੁੱਛੇ ਨਾ ਕਿਹੜਾ ਜਨੇਉ ਕਿਸ ਤਰ੍ਹਾਂ ਉਸ ਦਰਗਾਹ ਵਿੱਚ ਪਤ ਇੱਜ਼ਤ ਕਿਵੇਂ ਰਵੇ ਸਹਿਬ ਕਹਿੰਦੇ ਨਾਏ ਮੰਨਿਆ ਨਾਮ ਨੂੰ ਮੰਨਣ ਦੇ ਨਾਲ ਇੱਜ਼ਤਾ ਰਹਦੀ ਆਲੇ ਨਾ ਕਿ ਇਹ ਧਰਮ ਦੇ ਸਿਰਫ ਬਾਹਰੀ ਚਿੰਨ ਕਰਮ ਕਰਕੇ ਕਿਉਂਕਿ ਨਾਮ ਨੂੰ ਮੰਨਣ ਦੇ ਨਾਲ ਰੋਜ਼ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਪੜ੍ਹਦੇ ਹੋ ਮੰਨੈ ਸੁਰਤ ਹੋਵੇ ਮਨ ਬੁੱਧ ਮੰਨਣਾ ਹੈ ਸਗਲ ਭਵਨ ਕੀ ਸੁੱਧ ਮੰਨਣ ਦੀਆਂ ਸਾਬ ਜੀ ਨੇ ਚਾਰ ਪੌੜੀਆਂ ਕਹਿ ਕੇ ਮੰਨਣ ਦੀ ਗੱਲ ਦਾ ਜਿਵੇਂ ਕਹਿ ਲੋ ਮੰਨਣ ਦਾ ਫਾਲ ਮੰਨਣ ਦਾ ਮਹਾਤਮ ਸਾਨੂੰ ਦੱਸਿਆ ਨਾਏ ਮੰਨਿਆ ਪਤ ਉਪਜੈ ਜਿਨ੍ਹਾਂ ਨੇ ਨਾਮ ਨੂੰ ਮੰਨਿਆ ਹੈ ਉਹ ਭਗਤ ਕਬੀਰ ਜੀ ਉਹ ਭਗਤ ਨਾਮਦੇਵ ਜੀ ਉਹ ਸਦਨਾ ਕਸਾਈ ਇੰਜ ਕਹਿ ਲਿਓ ਉਹ ਭਗਤ ਜਿਨ੍ਹਾਂ ਨੂੰ ਦੁਨੀਆ ਪ੍ਰਵਾਨ ਤੱਕ ਨਹੀਂ ਸੀ ਕਰਦੀ ਨਾਮ ਨੂੰ ਜਪਣ ਨਾਮ ਨੂੰ ਮੰਨਣ ਕਰਤੇ ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਘਰੇ ਪ੍ਰਵਾਨ ਹੋ ਗਏ ਇੰਜ ਕਹਿ ਲੀਏ ਕਿ ਜਿਸ ਭਗਤ ਕਬੀਰ ਜੀ ਦੇ ਕੋਲ ਲੋਕ ਨਹੀਂ ਸੀ ਬਹਿਣਾ ਚਾਹੁੰਦੇ ਅੱਜ ਉਸ ਭਗਤ ਕਬੀਰ ਜੀ ਦੂਤੇ ਚੌਰ ਝੁੱਲਦੇ ਪਏ ਨੇ ਕਿਉਂ ਕਿ ਨਾਮ ਨੂੰ ਮੰਨਿਆ ਨਾਮ ਨੂੰ ਕਮਾਇਆ ਸਾਬ ਜੀ ਕਹਿੰਦੇ ਨਾਮ ਨੂੰ ਮੰਨਣ ਦੇ ਨਾਲ ਪਤ ਉਪਜੈ ਤੇ ਪਤ ਦਾ ਅਰਥ ਹੈ ਇੱਜ਼ਤ ਕਿਉਂਕਿ ਪਤ ਸ਼ਬਦ ਕਿਤੇ ਕਪੜੇ ਰੂਪ ਦੇ ਵਿੱਚ ਵੀ ਆਇਆ ਕਿਤੇ ਪਤੀ ਰੂਪ ਦੇ ਵਿੱਚ ਵੀ ਆਇਆ ਸੋ ਇਸ ਤਰ੍ਹਾਂ ਪੱਤ ਸ਼ਬਦ ਜਿਹੜਾ ਹੈ ਉਹ ਪਤੀ ਰੂਪ ਦੇ ਅੰਦਰ ਫਿਰ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਇੱਜਤ ਰੂਪ ਦੇ ਅੰਦਰ ਵੀ ਹੈ ਸੋ ਇੱਥੇ ਸਤਗੁਰੂ ਪੱਤ ਦਾ ਅਰਥ ਫਿਰ ਪੱਤੇ ਵੀ ਹਨ ਜਦੋਂ ਆਪਾਂ ਕੱਲ ਵੀ ਬਚਨ ਪੜਿਆ ਕਿ ਸਿੰਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ ਉਹ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਆਵਹਿ ਪੱਤ ਉਥੇ ਪੱਤੇ ਅਰਥ ਅੰਦਰ ਇੱਥੇ ਇੱਜਤ ਹੈ ਸਹਿਬ ਕਹਿੰਦੇ ਨਾਮ ਨੂੰ ਮੰਨਣ ਦੇ ਨਾਲ ਪਤ ਉਪਜੈ ਇੱਜ਼ਤ ਪੈਦਾ ਹੁੰਦੀ ਹੈ ਇੱਥੇ ਤੇ ਉੱਥੇ ਸਨਮਾਨ ਮਿਲਦਾ ਸਲਾਹੀ ਸੱਚ ਸੂਤ বাস ਉਸ ਸੱਚੇ ਸੂਤ ਨੂੰ ਪਹਿਨਣਾ ਕਰ ਉਹਨੂੰ ਪਕੜ ਉਸ ਨਾਮ ਰੂਪੀ ਸੂਤ ਨੂੰ ਉਸ ਸੱਚ ਨੂੰ ਇੰਜ ਕਹਿ ਲੋ ਉਸ ਸੱਚ ਦੇ ਧਾਗੇ ਨੂੰ ਸਲਾਹੀ ਉਹਨੂੰ ਕਰਤਾਪੁਰਖ ਪਰਮੇਸ਼ਰ ਨੂੰ ਸਲਾਹ ਜਿਹੜਾ ਇਸ ਸੱਚ ਦੇ ਧਾਗੇ ਨੂੰ ਵਟਣ ਵਾਲਾ ਸੱਚ ਦੇ ਜਨੇਊ ਨੂੰ ਦੇਣ ਵਾਲਾ ਜਿਵੇਂ ਤੂੰ ਜਨੇਊ ਦੇਣਾਂ ਲੋਕਾਂ ਨੂੰ ਤੇ ਲੋਕ ਤੈਨੂੰ ਸਲਾਉਂਦੇ ਤੈਨੂੰ ਗੁਰੂ ਧਰਦੇ ਮੰਦਰ ਜੀ ਜਿਹੜਾ ਸੱਚ ਦਾ ਜਨੇਊ ਪਾਉਣ ਵਾਲਾ ਨਾ ਕਰਤਾ ਉਹਨੂੰ ਸਲਾਉਣਾ ਕਰ ਉਹਦੇ ਨਾਲ ਜੁੜਨਾ ਕਰ ਇਹਦੇ ਨਾਲ ਕੀ ਹੋਏਗਾ ਦਰਗਹ ਅੰਦਰ ਪਾਈਐ ਤੱਗ ਨਾ ਟੁੱਟਸ ਪੂਤਾ ਦਰਗਾਹ ਦੇ ਅੰਦਰ ਵੀ ਇਸ ਜਨੇਊ ਨੂੰ ਸਹਿਬ ਕਹਿੰਦੇ ਪਾਈਐ ਇਹਨੂੰ ਪਾ ਲਵੋਗੇ ਪਾਵ ਕੇ ਇੱਥੇ ਤੇ ਉੱਥੇ ਤੁਹਾਡੇ ਨਾ ਨਿਭ ਜਾਏਗਾ ਕਿਉਂਕਿ ਪਿੱਛੇ ਸਹਿਬ ਜੀ ਨੇ ਇਹੀ ਕਿਹਾ ਨਾ ਉਹ ਮੁਆ ਉਹ ਚੜ ਪਿਆ ਵੇ ਤੱਗਾ ਗਿਆ ਉਹ ਮਰਿਆ ਜਨੇਊ ਚੜ ਗਿਆ ਬਿਨਾ ਜਨੇਊ ਤੋਂ ਹੀ ਤੁਰ ਗਿਆ ਪਰ ਜੇ ਸੱਚ ਦਾ ਜਨੇਊ ਪੈਨੋਗੇ ਤਾਂ ਸਹਿਬ ਕਹਿੰਦੇ ਦਰਗਹ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਇਹ ਕਦੀ ਵੀ ਟੁੱਟੇਗਾ ਨਹੀਂ ਤੇ ਦਰਗਾਹ ਦੇ ਵਿੱਚ ਇਹ ਜਨੇਊ ਜਿਹੜਾ ਇਹ ਨਾਲ ਨਿਭ ਜਾਂਦਾ ਹੈ ਇੰਦ ਦਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਾਵਨ ਸਲੋਕ ਦੇ ਤਿੰਨ ਪਦਿਆਂ ਦੇ ਅੰਦਰ ਦਾਤਾਰ ਪਾਤਸ਼ਾਹ ਜੀ ਨੇ ਇਹ ਸਮਝਾਇਆ ਹੈ ਦਾਤਾਰ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਪਰਮਗੜ ਤੋੜਿਆ ਦੇ ਨਾਲ ਉਸ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਫਿਰ ਅਗਲੇ ਪੜਾਅ ਦੇ ਅੰਦਰ ਸਾਬ ਜੀ ਇਹ ਸਮਝਾਉਂਦੇ ਨੇ ਹੁਣ ਇਹ ਦੇ ਨਾਲ ਇੱਕ ਬਾਰੀ ਤੂੰ ਗੰਡਾ ਦਿੱਤੀਆਂ ਨੇ ਅਸਲ ਦੇ ਵਿੱਚ ਇਹਨੂੰ ਕਿਹੜੀਆਂ ਗੰਡਾ ਮਾਰ ਤੇ ਜਨੇਊ ਪਾ ਕੇ ਪਹਿਲਾਂ ਸਾਬ ਨੇ ਦੱਸਿਆ ਤੁਸੀਂ ਆਹ ਕੁਝ ਕਰਦੇ ਫਿਰਦੇ ਹੋ ਲੱਖ ਚੋਰੀਆਂ ਲੱਖ ਜਾ ਰੀਆਂ ਪਰ ਜਨੇਊ ਪਹਿਣ ਕੇ ਜਿਹੜਾ ਮੈਂ ਜਨੇਊ ਤੁਹਾਨੂੰ ਦੱਸਦਾ ਉਹਨੂੰ ਪਹਿਣ ਕੇ ਕਰਨਾ ਕੀ ਚਾਹੀਦਾ ਇੰਤਦਾਤਾਰ ਪਾਤਸ਼ਾ ਅਗਲੇ ਪਾਵਨ ਸ਼ਲੋਕ ਦੇ ਅੰਦਰ ਜੋ ਸਮਝਾਉਂਦੇ ਹਨ ਆਓ ਗਰੀਬਨਵਾਦ ਪਾਤਸ਼ਾ ਜੋ ਕਿਰਪਾ ਕਰਦੇ ਨੇ ਦਾ ਤਾਰ ਪਾਛਾ ਅਗਲੇ ਸ਼ਲੋਕ ਅੰਦਰ ਜੋ ਸਮਝਾ ਰਹੇ ਹਨ ਸਰਵਣ ਕਰੀਏ